ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਨੀ ਹੈ, ਜਿਹੜਾ ਪਿਛਲੇ 2-3 ਦਿਨ ਤੋਂ ਲਗਾਤਾਰ ਰੌਲਾ ਪੈ ਰਿਹਾ ਕਿ NIA ਨੇ, ਜਿਹੜੀ ਕੌਮੀ ਜਾਂਚ ਏਜੰਸੀ ਹੈ, ਉਹਨੇ ਨੋਟਸ ਜਿਹੜੇ ਭੇਜਣੇ ਉਹ ਸ਼ੁਰੂ ਕੀਤੇ ਆ। ਦੇਖੋ, ਸਰਕਾਰ ਹੁਣ ਜਿਹੜੀ ਹੈਗੀ ਆ ਉਹ ਕਿਹੜੀਆਂ ਚਾਲਾਂ 'ਤੇ ਆ ਗਈ ਆ, ਸਰਕਾਰ ਕਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਹੁਣ ਸਾਡੇ ਲੋਕਾਂ ਨੂੰ ਲਿਜਾਉਣਾ ਚਾਹੁੰਦੀ ਆ ਜਾਂ ਡਰਾਉਣਾ ਚਾਹੁੰਦੀ ਆ। ਪਹਿਲੀ ਗੱਲ ਤਾਂ ਇਹ ਤੋਂ ਕੋਈ ਬਹੁਤੀ ਘਬਰਾਉਣ ਦੀ ਲੋੜ ਨਹੀਂ ਹੈਗੀ, ਇਹ ਇੱਕ ਨੋਟਿਸ ਹੀ ਆਇਆ। ਜਦੋਂ ਕਿ ਆਮ ਤੌਰ 'ਤੇ ਮੈਂ ਦੇਖ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਪ੍ਰਚਾਰ ਜ਼ਿਆਦਾ ਹੋ ਰਿਹਾ ਕਿ UAPA ਦਾ ਕੋਈ ਮੁਕੱਦਮਾ ਦਰਜ ਕਰਤਾ। ਨਹੀਂ, ਮੁਕੱਦਮਾ ਨਹੀਂ ਕੋਈ ਦਰਜ ਹੋਇਆ ਹਾਲੇ ਵੀ ਕਿਸੇ ਦੇ ਉੱਤੇ, ਪਰ ਇਹ ਡਰਾ ਜ਼ਰੂਰ ਰਹੇ ਆ ਲੋਕਾਂ ਨੂੰ, ਲੋਕਾਂ ਦੇ, ਆਮ ਲੋਕਾਂ ਨੂੰ। ਦੇਖੋ, ਨੋਟਿਸ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਉਹ ਪੱਤਰਕਾਰ ਨੇ ਜਿਵੇਂ ਬਲਤੇਜ ਸਿੰਘ ਪੰਨੂ ਜਾਂ ਹੋਰ ਪੱਤਰਕਾਰ ਨੇ ਜਿਹੜੇ ਸਾਡੇ ਪੰਜਾਬ ਦੀ, ਸਾਡੀ ਕਿਸਾਨੀ ਦੀ ਗੱਲ ਹੈ ਜਿਹੜੀ, ਉਹਨੂੰ ਦੁਨੀਆਂ ਦੇ ਵਿੱਚ ਠਾ ਰਹੇ ਨੇ। ਕਿਉਂਕਿ ਆਪਾਂ ਦੇਖਦੇ ਹਾਂ ਕਿ ਇਹਨਾਂ ਦਾ ਜਿਹੜਾ ਦਲਾਲ ਮੀਡੀਆ ਹੈ, ਉਹ ਤਾਂ ਆਪਣੀਆਂ ਖਬਰਾਂ ਹੀ ਨਹੀਂ ਦਿਖਾਉਂਦਾ, ਜੇ ਦਿਖਾਉਂਦਾ ਤਾਂ ਉਹ ਬੜਾ ਆਪਾਂ ਨੂੰ ਗਲਤ ਤਰੀਕੇ ਨਾਲ ਪ੍ਰਚਾਰਦਾ, ਜਾਣੇ ਬਦਨਾਮ ਕਰਦਾ ਇਹਨਾਂ ਦਾ ਜਿਹੜਾ ਗੋਦੀ ਮੀਡੀਆ ਆਪਾਂ ਕਹਿ ਲਈਏ। ਉਹ ਪੱਤਰਕਾਰ ਨੇ ਜਾਂ ਉਹਦੇ ਵਿੱਚ ਕੋਈ ਕੱਪੜਿਆਂ ਦਾ ਵਪਾਰ ਕਰਦਾ, ਉਹਨਾਂ ਨੂੰ ਨੋਟਿਸ ਆ ਰਹੇ ਆ, ਸੰਮਣ ਆ ਰਹੇ ਹੈ। ਜਾਂ ਕੋਈ ਟਰਾਂਸਪੋਰਟਰ ਹੈ ਜਿਹਨੇ ਬੱਸਾਂ ਲਾਈਆਂ ਹੋਈਆਂ, ਜਿਨ੍ਹਾਂ ਨੇ ਦਿੱਲੀ ਨੂੰ ਜਾਣ ਵਾਸਤੇ ਮੁਫ਼ਤ ਦੇ ਵਿੱਚ, ਜਾਂ ਕੋਈ ਇਹੋ ਜਿਹੇ ਸਾਡੇ ਭਰਾ ਹੈਗੇ ਨੇ ਜਿਵੇਂ ਗੁਰਪ੍ਰੀਤ ਮਿੰਟੂ ਹੈ, ਮੁੰਡਾ ਮਨੁੱਖਤਾ ਦੀ ਸੇਵਾ ਵਾਲਾ, ਜਿਹਨੇ ਲਗਾਤਾਰ ਉੱਥੇ 40 ਦਿਨ ਤੋਂ ਲੰਗਰ ਲਾਇਆ ਹੋਇਆ। ਜਾਂ ਦੀਪ ਸਿੱਧੂ ਨੂੰ ਵੀ ਆਇਆ, ਦੀਪ ਸਿੱਧੂ ਦੇ ਭਰਾ ਨੂੰ ਆਇਆ ਸ਼ਾਇਦ। ਤਾਂ ਇਹ ਜਾਣ ਬੁੱਝ ਕੇ ਉਹਨਾਂ ਬੰਦਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੇ ਇਹਨਾਂ ਨੂੰ ਲੱਗਦਾ, ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਇਹ ਚਾਹੁੰਦੇ ਆ, ਜਾਂ ਇਹਨਾਂ ਨੂੰ ਇਹ ਲੱਗਦਾ ਕਿ ਲੋਕ ਡਰ ਜਾਣਗੇ ਇੰਨੇ ਨਾਲ। ਅਗਲਾ ਕਹਿੰਦਾ ਬਈ NIA ਨੇ ਸੰਮਣ ਭੇਜਤਾ, ਪਰਚਾ ਨਾ ਦਰਜ ਹੋ ਜੇ, ਕਿਉਂਕਿ NIA ਦਾ ਨਾਂ ਹੀ ਬਹੁਤ ਵੱਡਾ ਹੁੰਦਾ ਜਦੋਂ ਬੰਦਾ, ਆਮ ਬੰਦਾ ਸੁਣਦਾ ਵੀ ਯਾਰ ਉਹਨਾਂ ਨੂੰ ਤਾਂ ਦਿੱਲੀ ਬੁਲਾਇਆ ਪੁੱਛ ਗਿੱਛ ਲਈ, ਪਤਾ ਨਹੀਂ UAPA ਲਾ ਦੇਣਗੇ, NSA ਲਾ ਦੇਣਗੇ, ਫਿਰ ਪ੍ਰਚਾਰ ਬੜਾ ਹੁੰਦਾ, ਮੁੜ ਕੇ ਨਿਕਲ ਨਹੀਂ ਦੇਣਾ। ਸੋ ਇਹ ਜਾਣ ਬੁੱਝ ਕੇ ਜਿਹੜਾ ਇਹ ਸਰਕਾਰ ਆ ਹੁਣ ਇਹ ਹੱਥ ਕੰਡੇ ਬਣਾਉਣ 'ਤੇ ਆਈ ਹੈ ਕਿ ਇਹਨਾਂ ਲੋਕਾਂ ਨੂੰ ਸੰਘਰਸ਼ ਨਾਲੋਂ ਦੂਰ ਕੀਤਾ ਜਾਵੇ, ਸੰਘਰਸ਼ ਨਾਲੋਂ ਤੋੜਿਆ ਜਾਵੇ। ਦੂਜੀ ਕਮਾਲ ਦੀ ਗੱਲ ਦੇਖੋ ਕਿ ਜਿਹੜੇ ਸੰਮਣ ਭੇਜ ਰਿਹਾ ਨਾ NIA, ਇਕੱਲੇ ਪੰਜਾਬ 'ਚ ਹੀ ਆ ਰਹੇ ਹੈ ਸੰਮਣ, ਇਕੱਲੇ ਪੰਜਾਬ 'ਚ ਹੀ ਆ ਰਹੇ ਹੈ, ਨਾ ਰਾਜਸਥਾਨ ਦੇ ਵਿੱਚ, ਨਾ ਹਰਿਆਣਾ, ਨਾ UP, ਨਾ ਉੱਤਰਾਖੰਡ, ਨਾ ਹੋਰ ਕਿਸੇ ਵੀ ਸੂਬੇ 'ਚ ਸੰਮਣ ਜਾ ਰਹੇ ਹੈ। ਜਦੋਂ ਕਿ ਇਹ ਜਿਹੜਾ ਸੰਘਰਸ਼ ਹੈ, ਅੰਦੋਲਨ ਹੈ, ਇਹਦਾ ਸਾਰੇ ਸੂਬਿਆਂ ਦੇ ਕਿਸਾਨ ਕਰ ਰਹੇ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਜਾਣੇ ਚਾਹੀਦੇ ਹੈ, ਪਰ ਇਹ ਸਮਝਣ ਦੀ ਲੋੜ ਹੈ ਕਿ ਪੰਜਾਬ ਵਾਲਿਆਂ ਨੂੰ ਕਿਉਂ ਜਿਹੜੇ ਸੰਮਣ ਆਏ ਨੇ। ਸੋ ਭਰਾਵੋ, ਇੱਕ ਤਾਂ ਇਹ ਤੋਂ ਕੋਈ ਬਹੁਤਾ ਡਰਨ ਦੀ, ਕੋਈ ਘਬਰਾਉਣ ਦੀ ਲੋੜ ਨਹੀਂ, ਇੱਕ ਪ੍ਰਕਿਰਿਆ ਪੁੱਛ ਗਿੱਛ ਦੀ, ਬਸ ਉਹਨਾਂ ਨੇ ਇਹਨੂੰ ਵਰਤਣਾ। ਦੇਖੋ, ਜਿਹੜੀ ਏਜੰਸੀਆਂ ਜਿਹਨੂੰ NIA ਆਪਾਂ ਕਹਿੰਦੇ ਹਾਂ, ਨੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ, ਇਹਦਾ ਕੰਮ ਹੁੰਦਾ ਕਿ ਜਦੋਂ ਹੀ ਕੋਈ ਮੁਲਕ ਦੇ ਉੱਤੇ ਬਾਹਰੀ ਕੋਈ ਇਸ ਤਰ੍ਹਾਂ ਦੇ ਤਾਕਤਾਂ ਹੋਣ ਜਿਹੜੀਆਂ ਮੁਲਕ ਦੇ ਉੱਤੇ ਕੋਈ ਵਿਉਂਤਬੰਦੀ ਕਰਦੀਆਂ ਹੋਣ, ਜਾਂ ਕੋਈ ਮੁਲਕ ਦੇ ਵਿੱਚੋਂ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੋਵੇ, ਉਹਨਾਂ ਦੇ ਲਈ ਹੁੰਦੀਆਂ ਨੇ ਏਜੰਸੀਆਂ, ਨਾ ਕਿ ਆਪਣੇ ਲੋਕਾਂ ਲਈ। ਉਹ ਲੋਕ ਜਿਹੜੇ ਆਪਣੇ ਹੱਕ ਮੰਗ ਰਹੇ ਨੇ ਯਾਰ, ਅੱਜ ਉਹ ਲੋਕ ਜਿਹੜੇ ਅੱਜ ਆਪਣੇ ਦਿੱਲੀ ਬੈਠੇ ਨੇ 2 ਮਹੀਨਿਆਂ ਤੋਂ, ਉਹਨਾਂ ਨੂੰ ਇਹਨਾਂ ਨੇ ਡਰਾਉਣ ਦੀ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੈ। ਜਿਵੇਂ ਪਹਿਲਾਂ ਵੀ ਇਹਨਾਂ ਨੇ, ਆਪਾਂ ਨਾ UAPA ਜਦੋਂ ਪਹਿਲਾਂ ਵੀ ਇਹਨਾਂ ਨੇ ਪੰਜਾਬ ਦੇ ਕਈ ਨੌਜਵਾਨਾਂ 'ਤੇ ਲਾਇਆ, ਉਹ ਕਿਹੜੇ ਨੌਜਵਾਨ ਸੀ, ਜਿਹੜੇ ਆਮ ਘਰਾਂ ਦੇ ਮੁੰਡੇ ਨੇ, ਦਰਮਿਆਨੇ ਘਰਾਂ ਦੇ ਮੁੰਡੇ ਨੇ, ਗਰੀਬ ਘਰਾਂ ਦੇ ਮੁੰਡੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿਸੇ ਗੱਲਬਾਤ ਦਾ, ਉਹਨਾਂ ਦੇ ਉੱਤੇ ਭਰਾਵੋ ਇਹ ਜਿਹੜਾ ਉਹਨਾਂ ਨੇ UAPA ਲਾ ਕੇ ਜੇਲ੍ਹਾਂ ਦੇ ਵਿੱਚ ਸੁੱਟਤਾ, ਤਾਂ ਕਿ ਆਮ ਲੋਕਾਂ ਦੇ ਵਿੱਚ ਇੱਕ ਦਹਿਸ਼ਤ, ਇੱਕ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਜਾਵੇ। ਸੋ ਇੱਕ ਤਾਂ ਮੇਰਾ ਵੀਰ, ਮੈਂ ਇਹੀ ਬੇਨਤੀ ਕਰਨੀ ਸੀ ਕਿ ਇਹਦੇ ਖਿਲਾਫ਼ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਸਾਡੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀਰ ਉੱਤੇ ਕੋਈ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ, ਠੋਸ ਪ੍ਰਤੀਕਿਰਿਆ ਹੋਵੇ। ਵਿਆਹ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਕਰਦੇ ਆ ਚੱਲਣੀਆਂ ਨਹੀਂ ਹੈਗੀਆਂ। ਅਤੇ ਤੀਜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡੇ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ, ਕੋਈ ਵਹਿਮ ਦਿਮਾਗ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਜੇ ਕੋਈ ਕਿਸੇ ਨੂੰ ਕੋਈ ਨੋਟਿਸ ਆਉਂਦਾ, ਕੋਈ ਸੰਮਣ ਆਉਂਦਾ, ਤਾਂ ਉਹਦਾ ਡਟ ਕੇ ਸਾਥ ਦਿਓ, ਉਹਦੇ ਨਾਲ ਖੜੋ। ਜੇ ਕੋਈ ਕਿਤੇ ਬੁਲਾਉਂਦੇ ਵੀ ਹੈ ਤਾਂ ਮੈਂ ਕਹਿੰਦਾ
ਉਹਦੇ ਪਿੰਡ ਦੇ ਵਿੱਚੋਂ ਉਹਦੇ ਪਿੰਡ ਦੀ ਪੰਚਾਇਤ ਉਹਦੇ ਪਿੰਡ ਦਾ 150 ਬੰਦਾ ਇਕੱਠਾ ਹੋ ਕੇ ਨਾਲ ਜਾਓ। ਇਸ ਗੱਲ ਦੇ ਖਿਲਾਫ ਆਪਾਂ ਜਿਹੜਾ ਕੋਈ ਰੋਸ ਮੁਜ਼ਾਹਰਾ ਕਰ ਸਕਦੇ ਹਾਂ ਉਹ ਕਰੀਏ, ਤਾਂ ਕਿ ਆਪਾਂ ਆਪਣੇ ਇਹਨਾਂ ਨੂੰ ਲੱਗੇ ਕਿ ਇੱਥੇ ਕੋਈ ਇੱਕ ਦੋ ਦਸ ਵੀਹ ਸੌ ਪੰਜਾਹ ਨਹੀਂ ਹੈਗਾ, ਇੱਥੇ ਜੇ ਤੁਸੀਂ ਇਹੋ ਜਿਹੀ ਗੱਲਬਾਤ ਕਰੋਗੇ ਤਾਂ ਸਾਰਾ ਪੰਜਾਬ ਉੱਠ ਕੇ ਖੜਾ ਹੋਊਗਾ। ਬਾਕੀ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਜਦੋਂ ਕੋਈ ਆਪਾਂ ਨੂੰ ਲੱਗਦਾ ਕਿ ਆਪਾਂ ਕੋਈ ਗਲਤ ਕਰ ਹੀ ਰਹੇ, ਗੱਲ ਤਾਂ ਅੱਜ ਕਿਸਾਨ ਆਪਣੇ ਹੱਕਾਂ ਦੀ ਗੱਲ ਕਰ ਰਿਹਾ, ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅਸੀਂ ਲੜ ਰਹੇ ਹਾਂ, ਅਤੇ ਕਿੱਧਰ ਇਹ ਐਨ ਆਈ ਏ ਵਾਲੇ ਸਮਨ ਭੇਜਣ ਲੱਗ ਗਏ, ਕਿੱਧਰ ਇਹ ਕਿੱਧਰਲੀਆਂ ਤਾਰਾਂ ਕਿੱਧਰਲੇ ਪਾਸੇ ਕੀ ਜੋੜੀ ਜਾਂਦੇ ਆ, ਪਤਾ ਨਹੀਂ ਕੀ ਕੁਛ ਕਹੇ ਕਰੀ ਜਾਂਦੇ ਆ। ਸੋ ਕੋਈ ਗੱਲ ਨਹੀਂ ਭਰਾਵੋ, ਮੈਂ ਇਹੀ ਕਹਿਣਾ ਸੀ ਕਿ ਡਰਨ ਦੀ ਸਾਨੂੰ ਕੋਈ ਜਮਾਂ ਬਿਲਕੁਲ ਲੋੜ ਨਹੀਂ, ਕਿਸੇ ਨੂੰ ਵੀ ਕੋਈ ਸਮਨ ਆਉਂਦਾ ਤਾਂ ਘਬਰਾਓ ਨਾ। ਆਹ ਜਿੰਨਿਆਂ ਨੂੰ ਵੀ ਆਇਆ ਉਹਨਾਂ ਨਾਲ ਸੰਪਰਕ ਕਰ ਲਓ, ਉਹਨਾਂ ਦੇ ਗਾਹਾਂ ਵਕੀਲ ਹੈਗੇ, ਉਹਨਾਂ ਨਾਲ ਸੰਪਰਕ ਹੋ ਸਕਦਾ, ਜਾਂ ਜਿੱਦੇ ਵੀ ਕੋਈ ਉੱਥੇ ਤੁਸੀਂ ਉਹਨੂੰ ਬੁਲਾਉਂਦੇ ਆ, ਦਿੱਲੀ ਬੁਲਾਉਂਦੇ ਆ, ਜਾਂ ਇੱਥੇ ਇਹਨਾਂ ਦੇ ਜਿਹੜਾ ਸ਼ਾਇਦ ਮੋਹਾਲੀ ਦਫ਼ਤਰ ਹੈਗਾ, ਚੰਡੀਗੜ੍ਹ ਹੈਗਾ, ਉੱਥੇ ਬੁਲਾਉਂਦੇ ਆ, ਕਿਤੇ ਹੀ ਬੁਲਾਉਂਦੇ ਆ, ਤਾਂ ਤੁਹਾਨੂੰ ਪਿੰਡ ਦੇ ਘੱਟੋ ਘੱਟ ਸਾਰੀ ਪੰਚਾਇਤ ਵਗੈਰਾ ਇਕੱਲੇ ਨਾ ਜਾਇਓ, ਇੱਕ ਤਾਂ ਜਿਹਨੂੰ ਵੀ ਇਹ ਆਉਂਦਾ, ਪੰਚਾਇਤ ਵਗੈਰਾ ਨਾਲ ਲੈ ਕੇ ਲੋਕਾਂ ਨੂੰ ਦੱਸ ਕੇ ਨਾਲ ਮੀਡੀਆ ਲਿਜਾ ਕੇ ਫਿਰ ਜਾ ਕੇ ਉੱਥੇ ਜਿਹੜੀ ਪੁੱਛ ਗਿੱਛੇ ਕਰਦੇ ਆ, ਕੋਈ ਗੱਲ ਨਹੀਂ ਯਾਰ, ਬੇਧੜਕ ਹੋ ਕੇ ਬੇਫਿਕਰ ਹੋ ਕੇ ਆਪਣਾ ਜਿਹੜਾ ਤੁਹਾਨੂੰ ਪੁੱਛ ਗਿੱਛ ਕਰਦੇ ਆ ਜਾ ਕੇ ਆਪਣੀ ਇਹ ਕਾਰਵਾਈ ਜੋ ਇਹ ਪੜਤਾਲ ਕਰਦੇ ਉਹਦੇ ਵਿੱਚ ਸ਼ਾਮਿਲ ਹੋ, ਇਹ ਖਿਆਲ ਰੱਖਿਓ। ਦੂਜੀ ਗੱਲ ਆ ਮੈਂ ਜਿਹੜੀ ਕਰਨੀ ਸੀਗੀ ਉਹ ਆਪਣੇ ਤਿਆਰੀ ਵਿਆਰੀ ਦੀ ਗੱਲ ਹੈ ਕਿ 26 ਤਰੀਕ ਨੂੰ ਆਪਾਂ ਦਿੱਲੀ ਦੇ ਉੱਤੇ ਜਿਹੜਾ ਸਾਡਾ ਕਿਸਾਨ ਜਥੇਬੰਦੀਆਂ ਵੱਲੋਂ ਲਿਖਿਆ ਗਿਆ ਪ੍ਰੋਗਰਾਮ ਹੈ ਕਿ ਟਰੈਕਟਰ ਮਾਰਚ ਜਿਹੜਾ ਪਰੇਡ ਦੇ ਵਿੱਚ ਸ਼ਾਮਿਲ ਹੋਣਾ ਕਿਸਾਨਾਂ ਨੇ, ਤਾਂ ਉਹਦੇ ਲਈ ਆਪਾਂ ਤਿਆਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਰੋਜ਼ ਹੀ ਆਪਾਂ ਕਿਤੇ ਨਾ ਕਿਤੇ ਜਾਂਦੇ ਹਾਂ, ਸੋ ਮੈਂ ਉਹਦੇ ਲਈ ਕੱਲ੍ਹ ਦੀ ਬੇਨਤੀ ਕਰਦਾ। ਕੱਲ੍ਹ ਨੂੰ 17 ਤਰੀਕ ਆ, ਕੱਲ੍ਹ ਨੂੰ ਆਪਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਦਲੇਲ ਵਾਲਾ, ਦਲੇਲ ਵਾਲੇ ਦੋ ਨੇ, ਇਹ ਦਲੇਲ ਵਾਲਾ ਜਿਹੜਾ ਝਨੀਰ ਦੇ ਕੋਲ ਆ, ਉੱਥੋਂ ਚੱਲ ਕੇ ਧਰਮਪੁਰੇ ਆਪਾਂ ਟਰੈਕਟਰ ਮਾਰਚ ਦੀ ਸਮਾਪਤੀ ਕਰਨੀ ਹੈ। ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਮਾਨਸਾ ਜ਼ਿਲ੍ਹੇ ਦੇ ਜਿੰਨੇ ਸਾਡੇ ਕਿਸਾਨ ਭਰਾ ਨੇ, ਮਜ਼ਦੂਰ ਭਰਾ ਨੇ, ਉਹ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨ, ਇਹੀ ਮੇਰੀਆਂ ਬੇਨਤੀਆਂ ਸੀ। ਬਾਕੀ ਕੋਈ ਗੱਲ ਨਹੀਂ, ਜਦੋਂ ਇਹ ਜ਼ਾਲਮ ਸਰਕਾਰਾਂ ਸਾਨੂੰ ਇਸ ਤਰ੍ਹਾਂ ਕੁੱਜਣ 'ਤੇ ਆਉਂਦੀਆਂ ਨੇ, ਦੱਬਣ 'ਤੇ ਆਉਂਦੀਆਂ ਨੇ, ਕੋਈ ਨਵਾਂ ਵਰਤਾਰਾ ਨਹੀਂ ਹੈਗਾ, ਕੋਈ ਨਵੇਕਲੀ ਗੱਲ ਨਵੀਂ ਗੱਲ ਨਹੀਂ ਹੈਗੀ, ਇਹ ਕਰਦੀਆਂ ਹੀ ਹੁੰਦੀਆਂ। ਕੋਈ ਗੱਲ ਨਹੀਂ, ਕੋਈ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈਗੀ, ਸਾਰਾ ਪੰਜਾਬ ਅੱਜ ਇੱਕਜੁੱਟ ਹੈ, ਸਾਰਾ ਪੰਜਾਬ ਅੱਜ ਇੱਕ ਦੂਜੇ ਨਾਲ ਖੜ੍ਹਾ ਹੈ। ਅੱਜ ਸਾਨੂੰ ਖੜ੍ਹਨ ਦੀ ਵੀ ਲੋੜ ਹੈਗੀ ਹੈ, ਕਿਉਂਕਿ ਅਸੀਂ ਇਹ ਗੱਲਾਂ ਜਿਹੜੀਆਂ ਅੰਦਰੂਨੀ ਹੁੰਦੀਆਂ ਨੇ, ਅੰਦਰਲੀਆਂ ਗੱਲਾਂ ਹੁੰਦੀਆਂ ਨੇ, ਸਾਡੀਆਂ ਆਪਸੀ ਗੱਲਾਂ ਹੁੰਦੀਆਂ ਨੇ, ਬਾਅਦ 'ਚ ਦੇਖੀਆਂ ਜਾਣੀਆਂ। ਪਰ ਜੇ ਅੱਜ ਦਿੱਲੀ ਵੱਲੋਂ ਕੋਈ ਇਸ ਤਰ੍ਹਾਂ ਦੇ ਕਿਸੇ ਵੀ ਭਰਾ ਦੇ ਉੱਤੇ ਕਾਰਵਾਈ ਹੁੰਦੀ ਹੈ, ਤਾਂ ਸਾਡੇ ਸਾਰੇ ਭਰਾਵਾਂ ਨੂੰ, ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ, ਅਪੀਲ ਕਰਦਾ ਕਿ ਆਓ ਯਾਰ ਆਪਾਂ ਡੱਟ ਕੇ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਗਏ। ਵੱਧ ਤੋਂ ਵੱਧ ਸਾਡੇ, ਮੈਂ ਕਹਿਣਾ ਚਾਹੁੰਦਾ ਹੁਣ ਜਿਹੜੇ ਸੰਮਣ ਆਏ ਨੇ, ਇਹਦੇ ਲਈ ਇਸ ਸੂਬੇ ਦੀ ਪੰਜਾਬ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨੋਟਿਸ ਲੈਣਾ ਚਾਹੀਦਾ ਕਿ ਇਹ ਤੁਸੀਂ ਸੰਮਣ ਕੱਢ ਕਿਉਂ ਰਹੇ ਆ, ਵਜ੍ਹਾ ਦੱਸੋ ਕੀ ਹੈ, ਕਿ ਲੰਗਰ ਲਾਉਣਾ ਗੁਨਾਹ ਹੋ ਗਿਆ, ਕਿ ਬੱਸ ਸੇਵਾ ਕਿਸੇ ਨੂੰ ਦੇਣੀ ਗੁਨਾਹ ਹੈ, ਕਿ ਇਹ ਦੇਸ਼ ਧਰੋਹ ਬਣਦਾ, ਕਿ ਇਹ UAPA ਲੱਗਦਾ ਉਹਨਾਂ ਬੰਦਿਆਂ 'ਤੇ, ਜਾਂ ਜਿਹੜੇ ਵੀ ਕੋਈ ਵਿਰੋਧੀ ਧਿਰਾਂ ਵਾਲੇ ਪਾਰਟੀਆਂ ਵਾਲੇ ਬੰਦੇ ਨੇ, ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕੋਈ ਹੋਰ ਕੋਈ ਸਮਾਜ ਸੇਵੀ ਨੇ, ਕੋਈ ਬੁੱਧੀਜੀਵੀ ਨੇ, ਕੋਈ ਪੱਤਰਕਾਰ ਭਾਈਚਾਰਾ, ਕਿਸੇ ਵੀ ਪ੍ਰਕਾਰ ਕਿਸੇ ਵੀ ਖੇਤਰ ਦੇ ਲੋਕ ਨੇ, ਹਰ ਬੰਦੇ ਨੂੰ ਇਸ ਗੱਲ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਨਹੀਂ ਤਾਂ ਫਿਰ ਇਹ ਹੋ ਸਕਦਾ ਅੱਜ ਸੰਮਣ ਭੇਜ ਰਹੇ ਨੇ, ਅੱਜ ਕੋਈ ਨੋਟਿਸ ਭੇਜ ਰਹੇ ਨੇ, ਜੇ ਆਪਾਂ ਅੱਜ ਨਾ ਆਵਾਜ਼ ਬੁਲੰਦ ਕੀਤੀ, ਅੱਜ ਆਪਣਾ ਲੈ ਕੇ ਚਿੱਠੀ ਜੀ ਜਿਹੜਾ ਸੰਮਣ ਜਿਹਾ ਹੈਗਾ ਘਰੇ ਬਹਿ ਕੇ ਨੋਟਿਸ ਜਿਹਾ ਲੈ ਕੇ, ਜਾਂ ਚੁੱਪ ਚਪੀਤੇ ਆਪਾਂ ਜਾ ਕੇ ਉੱਥੇ ਵੱਗ ਗਏ, ਨਾ ਇਹਨੂੰ ਆਵਾਜ਼ ਨੂੰ ਆਪਾਂ ਉਠਾਇਆ, ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਉੱਤੇ UAPA ਜਾਂ NSA ਵਰਗਾ ਕੋਈ ਉਹਦੇ ਤਹਿਤ ਕੋਈ ਮੁਕੱਦਮੇ ਵੀ ਦਰਜ ਕਰ ਸਕਦੇ। ਕਿਉਂਕਿ ਬੜੀ ਆਪਾਂ ਰੋਜ਼ ਬੋਲਦੇ ਹਾਂ ਗੱਲਾਂ ਸਟੇਜਾਂ ਦੇ ਉੱਤੇ ਕਿ ਜ਼ਾਲਮ ਸਰਕਾਰ ਹੈ, ਇਹ ਮੁਗਲਾਂ ਨਾਲੋਂ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ਾਲਮ ਲੋਕ ਨੇ, ਜਿਹੜੇ ਆਪਣੇ ਲੋਕਾਂ ਦੇ ਉੱਤੇ ਇਹੋ ਜਿਹਾ ਅੱਤਿਆਚਾਰ ਕਰਨ ਦੇ ਉੱਤੇ ਤੁਲੇ ਹੋਏ ਆ। ਸੋ ਭਰਾਵੋ ਆ ਜਾਓ ਮੇਰਾ ਵੀਰ, ਅੱਜ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਬੇਨਤੀ ਕਰਦਾ, ਜਦੋਂ ਹੀ ਕਿਤੇ ਚਾਹੇ ਸਾਡੇ ਕਿਸੇ ਕਲਾਕਾਰ ਨੂੰ ਭਰਾ ਨੂੰ ED ਦੇ ਸੰਮਣ ਆਉਂਦੇ ਨੇ, ਚਾਹੇ ਉਹਦੇ ਕੋਈ ਗੱਲਬਾਤ ਕਰਦੇ ਆ, ਕਾਰਵਾਈ ਕਰਦੇ ਆ, ਆਮ ਲੋਕਾਂ 'ਤੇ ਇਹ ਕੁਛ ਵੀ ਕਰਦੇ ਆ, ਤਾਂ ਨਾਲ ਦੀ ਨਾਲ ਮੇਰਾ ਵੀਰ ਇਕੱਠੇ ਹੋ ਜਾਇਆ ਕਰੋ, ਤਾਂ ਸਾਡਾ ਬਚਾਅ ਹੋ ਸਕਦਾ। ਜੇ ਅੱਜ ਵੀ ਅਸੀਂ ਪਾਟੇ ਰਹੇ ਤਾਂ ਇਕੱਲੇ ਇਕੱਲੇ ਨੂੰ ਨਖੇੜ ਨਖੇੜ ਕੇ, ਇਕੱਲੇ ਇਕੱਲੇ ਨੂੰ ਕੱਢ ਕੇ ਪਰਚੇ ਵੀ ਦੇਣਗੇ, ਇਕੱਲੇ ਇਕੱਲੇ ਨੂੰ ਕੱਢ ਕੇ ਕੁੱਟਣਗੇ ਵੀ, ਮਾਰਨਗੇ ਵੀ, ਦੱਬਣਗੇ ਵੀ, ਲਤਾੜਨਗੇ ਵੀ, ਹੁਣ ਨਿਖੜਨ ਦਾ ਵੇਲਾ ਨਹੀਂ, ਹੁਣ ਇੱਕ ਹੋਣ ਦਾ ਵੇਲਾ, ਹੁਣ ਛੱਡ ਦਿਓ ਵੀ ਅਸੀਂ ਕਾਮਰੇਡ ਹਾਂ, ਅਸੀਂ ਪੰਥਕ ਹਾਂ, ਅਸੀਂ ਦੂਜੇ ਹਾਂ, ਅਸੀਂ ਤੀਜੇ ਹਾਂ, ਹੁਣ ਇਹ ਗੱਲ ਇੱਕ ਹੋ ਜਾਣੀ ਚਾਹੀਦੀ ਹੈ ਸਾਰਿਆਂ ਨੂੰ, ਕਿਉਂਕਿ ਮਸਲਾ ਸਮੁੱਚੇ ਪੰਜਾਬ ਅਤੇ ਪੰਜਾਬੀਅਤ ਲਈ ਆਪਾਂ ਲੜ ਰਹੇ ਹਾਂ। ਉਹ ਗੱਲਾਂ ਮੈਂ ਫਿਰ ਕਹਿੰਦਾ ਆਪਾਂ ਬਾਅਦ ਦੇਖਾਂਗੇ। ਆਓ ਮੇਰਾ ਵੀਰ,
ਆਪਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਖੜਗੇ, ਆਪਣੀ ਆਵਾਜ਼ ਨੂੰ ਬੁਲੰਦ ਕਰੀਏ ਵੱਧ ਤੋਂ ਵੱਧ। ਇਕੱਲਾ ਇਹ ਨਾ ਹੁੰਦਾ ਕਈ ਵਾਰੀ ਆਪਾਂ ਫੇਸਬੁੱਕਾਂ 'ਤੇ ਪਾ ਦਿੰਦੇ ਹਾਂ ਕਿ ਹਾਂ ਅਸੀਂ ਤੇਰੇ ਨਾਲ ਹਾਂ ਬਾਈ, ਕੋਈ ਗੱਲ ਨਹੀਂ, ਦੱਸੋ ਕੀ ਕਰਨਾ। ਜੇ ਆਪਾਂ ਨੂੰ ਇਹ ਲੱਗਦਾ ਕਿ ਕਾਰਵਾਈ ਅੱਗੇ ਵਧਾਉਂਦੇ ਆ ਇਹ NIA ਵਾਲੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਤਾਂ ਕਰਦੇ ਆ, ਤਾਂ ਉਦੋਂ ਜੇ ਕੋਈ ਰੋਸ ਮੁਜ਼ਾਹਰਾ ਕਰਨਾ ਪੈਂਦਾ, ਕੋਈ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ, ਕੋਈ ਸੰਘਰਸ਼ ਵਿੜਨਾ ਪੈਂਦਾ, ਤਾਂ ਉੱਥੇ ਪੰਜਾਬ ਦੇ ਲੋਕਾਂ ਨੂੰ ਘਰਾਂ 'ਚੋਂ ਨਿਕਲ ਕੇ ਆਉਣਾ, ਨਿਕਲ ਕੇ ਆਉਣਾ ਪੈਣਾ। ਯਾਦ ਰੱਖਿਓ ਘਰਾਂ 'ਚ ਨਾ ਉਦੋਂ ਬੈਠੇ ਰਹੋ। ਸੋ ਇੰਨੀਆਂ ਮੇਰੀਆਂ ਬੇਨਤੀਆਂ ਸੀ, ਇਹਨਾਂ ਗੱਲਾਂ 'ਤੇ ਜ਼ਰੂਰ ਅਮਲ ਕਰਿਓ। ਅਤੇ 26 ਤਰੀਕ ਤੋਂ ਪਹਿਲਾਂ ਪਹਿਲਾਂ ਆਪਾਂ 21-22 ਤਰੀਕ ਤੱਕ ਵੱਡੀ ਗਿਣਤੀ ਜਿਹੜੀ ਟਰੈਕਟਰਾਂ ਦੀ ਹੈ ਉਹ ਆਪਾਂ ਪਰੇਡ ਦੀ ਖਾਤਰ ਦਿੱਲੀ ਪਹੁੰਚਣਾ। ਮੇਰਾ ਵੀਰ ਆਪੋ ਆਪਣੇ ਕੰਮ ਧੰਦੇ ਨਿਬੇੜ ਕੇ ਟਰੈਕਟਰ ਆਪਣੇ ਜਿਹੜੇ ਹੈਗੇ ਟਰੈਕਟਰ ਆ ਜਾਂ ਗੱਡੀਆਂ ਨੇ ਉਹਨਾਂ ਨੂੰ ਆਪਾਂ ਚੈੱਕ ਕਰਾ ਲਓ, ਤੇਲ ਪਾਣੀ ਹਵਾ ਪਾਣੀ, ਅਤੇ ਉਦੋਂ ਬਾਅਦ ਆਪਾਂ ਜਿਹੜੇ ਚੱਲ ਰਹੇ ਹਾਂ ਦਿੱਲੀ ਵੱਲ ਨੂੰ ਪਾਉਣੇ ਆ। ਹੁਣ ਘਰ ਘਰ ਦਾ, ਹਰ ਘਰ ਦਾ ਬੰਦਾ, ਹਰ ਘਰ ਦਾ ਟਰੈਕਟਰ, ਹਰ ਪਿੰਡ ਦੇ ਵਿੱਚੋਂ, ਛੋਟੇ ਪਿੰਡ 'ਚੋਂ 20-25, ਵੱਡੇ ਪਿੰਡ 'ਚੋਂ ਘੱਟੋ ਘੱਟ 70-80-100 ਦੇ ਨੇੜੇ ਟਰੈਕਟਰ ਜਿਹੜਾ ਇੱਕ ਪਿੰਡ ਦੇ ਵਿੱਚੋਂ ਜਾਣਾ ਚਾਹੀਦਾ, ਤਾਂ ਕਿ ਲੱਖਾਂ ਦੀ ਗਿਣਤੀ ਸਾਡੀ ਟਰੈਕਟਰਾਂ ਦੀ ਹੋਵੇ ਅਤੇ ਕਰੋੜਾਂ ਦੀ ਗਿਣਤੀ ਸਾਡੀ ਉੱਥੇ ਇਨਸਾਨਾਂ ਦੀ ਹੋਵੇ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਮੇਰਾ ਵੀਰ, ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ। ਜੇ ਘਰਾਂ 'ਚ ਬੈਠੇ ਰਹੇ ਤਾਂ ਪਰ ਸਦਾ ਲਈ ਬਿਠਾ ਦਿੱਤੇ ਜਾਓਗੇ। ਜਲ ਯਾਦ ਰੱਖਿਓ, ਵਾਰ ਵਾਰ ਮੈਂ ਹਰ ਰੋਜ਼ ਗੱਲ ਕਹਿੰਦਾ, ਰੋਜ਼ ਰੋਜ਼ ਲਹਿਰਾਂ ਨਹੀਂ ਉੱਠਦੀਆਂ, ਰੋਜ਼ ਰੋਜ਼ ਲੋਕ ਸੰਘਰਸ਼ ਨਹੀਂ ਲੜਦੇ ਹੁੰਦੇ, ਰੋਜ਼ ਰੋਜ਼ ਲੋਕ ਇੱਕ ਨਹੀਂ ਹੁੰਦੇ, ਇਕੱਠੇ ਨਹੀਂ ਹੁੰਦੇ। ਮਸਾਂ ਇਹ ਮੌਕਾ ਬਣਿਆ, ਸਬੱਬ ਬਣਿਆ ਪੰਜਾਬ ਵਾਲਿਓ, ਆ ਜਾਓ ਮੇਰਾ ਵੀਰ, ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ। ਹੁਣ ਤਾਂ ਵੱਧ ਚੜ੍ਹ ਕੇ ਆਪਾਂ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਈਏ, ਹਿੱਸਾ ਪਾਈਏ, ਜਿੱਤ ਕੇ ਹੀ ਆਪਾਂ ਵਾਪਸ ਦਿੱਲੀ ਤੋਂ ਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।